ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PSAT Study Notes ਤੇ ਉੱਪਰ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ PSAT Master Cadre, SST ਔਰ ਹਿਸਟਰੀ ਲੈਕਚਰਰ ਪੰਜਾਬੀ ਲੈਕਚਰਰ ਪੰਜਾਬੀ ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਜੀ ਹੁਣ ਤੱਕ ਕਾਫੀ ਜ਼ਿਆਦਾ ਵੀਡੀਓ ਅਪਲੋਡ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਲੈਕਚਰਰ ਹਿਸਟਰੀ ਦੀ ਜਿਹੜੀ ਤਿਆਰੀ ਹੈ ਉਹ ਕਰ ਸਕਦੇ ਹੋ ਜੀ ਸੋ ਬਹੁਤ ਸਾਰੇ ਵਿਦਿਆਰਥੀਆਂ ਨੇ ਕਮੈਂਟ ਕੀਤਾ ਸਰ ਹਿਸਟਰੀ ਦਾ ਸਿਲੇਬਸ ਡਿਸਕਸ ਕੀਤਾ ਜਾਵੇ ਉਸ ਨੂੰ ਕਵਰ ਕਰਨ ਵਾਲੀਆਂ ਇੰਪੋਰਟੈਂਟ ਜਿਹੜੀਆਂ ਬੁੱਕਸ ਨੇ ਉਹ ਦੱਸਿਆ ਜਾਣ ਕਿਸ ਤਰੀਕੇ ਨਾਲ ਜਿਹੜੀ ਤਿਆਰੀ ਕੀਤੀ ਜਾਵੇ ਸੋ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਵਿਦਿਆਰਥੀ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਹਿਸਟਰੀ ਲੈਕਚਰਰ ਦੇ ਨਾਲ ਰਿਲੇਟਡ ਜੋ ਟੌਪਿਕ ਰਹਿੰਦੇ ਨੇ ਇਹਦੇ ਵਿੱਚ ਆਪਾਂ ਵੀਡੀਓ 'ਚ ਡਿਸਕਸ ਕਰਨਾ ਕਿਹੜੇ-ਕਿਹੜੇ ਟੌਪਿਕ ਜਿਹੜੇ ਮਾਸਟਰ ਕਾਰਡਰ 'ਚ ਆਲਰੇਡੀ ਅਸੀਂ ਕਰ ਚੁੱਕੇ ਹਾਂ ਉਹ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਹੈਲਪ ਦੇ ਨਾਲ ਤਿਆਰੀ ਕਰ ਸਕਦੇ ਹੋ ਜੀ ਉਸ ਪਲੇਲਿਸਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚ ਮਿਲ ਜੂਗਾ ਔਰ ਜੋ ਟਾਪਿਕ ਰਹਿੰਦੇ ਨੇ ਬਹੁਤ ਜਲਦੀ ਉਹ ਵੀ ਜਿਹੜਾ ਹੈ ਕੋਸ਼ਿਸ਼ ਕਰਾਂਗੇ ਕਿ 1 ਸਤੰਬਰ ਤੋਂ ਰੈਗੂਲਰ ਕਲਾਸਿਸ ਦੇ ਰਾਹੀਂ ਜਿਹੜਾ ਹੈ ਉਸ ਨੂੰ ਵੀ ਕਵਰ ਕਰ ਲਿਆ ਜਾਵੇ ਸੋ 1 ਸਤੰਬਰ ਤੋਂ ਕਲਾਸਿਸ ਜਿਹੜੀਆਂ ਸਟਾਰਟ ਹੋਣਗੀਆਂ ਔਰ ਲਗਭਗ ਮਹੀਨੇ ਡੇਢ ਦੇ ਵਿੱਚ ਆਪਾਂ ਪੂਰਾ ਸਿਲੇਬਸ ਜਿਹੜਾ ਉਹ ਕਵਰ ਕਰ ਲਵਾਂਗੇ ਜੀ ਸੋ ਅੱਜ ਦੀ ਵੀਡੀਓ ਚ ਡਿਸਕਸ ਕਰਾਂਗੇ ਇੰਪੋਰਟੈਂਟ ਜਿਹੜਾ ਹੈ ਬੁੱਕਸ ਜੋ ਇਸ ਸਿਲੇਬਸ ਨੂੰ ਕਵਰ ਕਰਦੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਆਪਾਂ ਤਿਆਰੀ ਕਰਨੀ ਹੈ ਔਰ ਉਸ ਤੋਂ ਪਹਿਲਾਂ ਸਿਲੇਬਸ ਇੱਕ ਵਾਰੀ ਦੇਖ ਲਈਏ ਜੀ ਮੋਟੀ ਜੀ ਨਜ਼ਰ ਮਾਰ ਲਈਏ ਵੈਸੇ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਤਾਂ ਸਭ ਤੋਂ ਪਹਿਲਾਂ ਹਿਸਟਰੀ ਆਫ ਪੰਜਾਬ ਹੈ ਜੀ ਉਸ ਤੋਂ ਬਾਅਦ ਹਿਸਟਰੀ ਆਫ ਇੰਡੀਆ ਤੇ ਹਿਸਟਰੀ ਆਫ ਵਰਲਡ ਦੇ ਕੁਝ ਕੁ ਟਾਪਿਕ ਨੇ ਜੀ ਸਿਲੇਬਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਟਾਪਿਕ ਜਿਹੜੇ ਨੇ ਛੱਡੇ ਹੋਏ ਨੇ ਹਾਲਾਂਕਿ ਉਹਨਾਂ ਦੇ ਵਿੱਚੋਂ ਕਈ ਵਾਰੀ ਕੁਐਸਚਨ ਆ ਜਾਂਦੇ ਨੇ ਪਰ ਉਹਨੇ ਜਿਆਦਾ ਨਹੀਂ ਆਉਣਗੇ ਟਾਪਿਕ ਜਿਹੜੇ ਉਹਨਾਂ ਨੇ ਦਿੱਤੇ ਹੋਏ ਨੇ ਸਿਲੇਬਸ ਦੇ ਵਿੱਚ ਜ਼ਿਆਦਾਤਰ ਕੁਐਸਚਨ ਜਿਹੜੇ ਉਸੇ ਦੇ ਵਿੱਚੋਂ ਆਉਣਗੇ ਜੀ ਸ੍ਰਿਸ਼ਟੀਓ ਪੰਜਾਬ ਦਾ ਪਹਿਲਾ ਹੀ ਟੌਪਿਕ ਫਿਜ਼ੀਕਲ ਫੀਚਰ ਆਫ ਪੰਜਾਬ ਐਂਡ देयर ਇਨਫਲੂਐਂਸ ਔਨ ਇਟਸ ਹਿਸਟਰੀ ਸੋ ਇਹ ਬਿਲਕੁਲ ਆਪਾਂ ਜਿਹੜਾ ਹੈ ਅਪਲੋਡ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਔਰ ਦੁਬਾਰਾ ਰਿਵਾਈਜ਼ ਵੀ ਕਰ ਰਹੇ ਹਾਂ ਲੈਕਚਰਰ ਵਾਸਤੇ ਓਨੀ ਦੇਰ ਲਈ ਤੁਸੀਂ ਉਸ ਦੇ ਨਾਲ ਜਿਹੜਾ ਆਪਣੀ ਪ੍ਰੈਪਰੇਸ਼ਨ ਜਿਹੜੀ ਹੈ ਸਟਾਰਟ ਕਰ ਸਕਦੇ ਹੋ ਸੋਰਸ ਆਫ ਹਿਸਟਰੀ ਆਫ ਪੰਜਾਬ ਇਹ ਟੌਪਿਕ ਰਹਿੰਦਾ ਜੀ ਬਹੁਤ ਜਲਦੀ ਇਹ ਵੀ ਅਪਲੋਡ ਕਰ ਦਾਂਗੇ ਉਸ ਤੋਂ ਬਾਅਦ ਹੈ ਜੀ expansion and consolidation of sikhism during the period of 10 gurus so dasa guruan di hi video ik ik guru sahiban te video jedi hai topic wise banake upload kiti hui hai oh dekh lo bahut kam aayegi ji aur us to baad hai ji banda bahadur e bhi topic kita hoya hai ji establishment establishment of independent rule his achievement next hai ji abdus mas khan zakria khan te meer mannu e topic rehnda hai ji bahut jaldi jada e bhi upload kar dange રાઇઝ ઓફ દલ ખાલસા એ ਵੀ ટોપિક ਰਹਿੰਦਾ ઓરિジン એન્ડ groth ઓફ સિકх મિસલ્સ સો એ ટોપિક ਕੀਤਾ ہوا છે જી મહારાજા રંજીત ਸਿੰਘ્સ કરિયર એન્ડ અચીવમેન્ટ એ ਵੀ ટોપિક અપલોડ આ છે જી એંગ્લો સિકх રિલેશન 1800 ਤੋਂ ਲੈ ਕੇ 1839 તક એ ਵੀ ਜਿਹੜਾ ਹੈ અપલોડ ਕਰਨਾ ਰਹਿੰਦਾ ਕਰ દਾਵਾਂਗੇ સિવિલ ਐਂਡ MILITARY ਐਡਮਿਨਿਸਟ੍ਰੇਸ਼ਨ ઓફ રંજીત ਸਿੰਘ સો એ ਵੀ ડિસ્કસ ਕਰ ਲਵਾਂਗੇ ਜੀ ਆਪਾਂ ફર્સ્ટ ધ ફર્સ્ટ એન્ડ સિકх ਸੌરી ધ ફર્સ્ટ એંગ્લો સિકх ਵਾਰ સેકન્ડ એંગ્લો સિકх ਵਾਰ ਇਹ ਬਹੁਤ ਡਿਟੇਲ ਦੇ ਵਿੱਚ અપલોડ ਨੇ ਜੀ ਵੀਡੀਓ સો ਲਗਭગ 11 ਦੇ ਵਿੱਚੋਂ ਪੰਜ ਛੇ ਟਾਪਿਕ ਜਿਹੜੇ ਨੇ ਕੀਤੇ ਹੋਏ ਨੇ ਲਿੰਕ ਡਿਸਕ੍ਰਿਪਸ਼ਨ ਬਾਕਸ ਚ ਹੈ ਮਾਸਟਰ ਕਾਟਰ ਵਾਲੀਆ ਵੀਡੀਓ ਜ਼ਰੂਰ ਦੇਖ ਲਓ ਜੀ ਉਸ ਤੋਂ ਬਾਅਦ ਹਿਸਟਰੀ ਆਫ ਇੰਡੀਆ ਦੇ ਵੀ ਕਾਫੀ ਟਾਪਿਕ ਮਾਸਟਰ ਕਾਟਰ ਦੇ ਵਿੱਚ ਕੀਤੇ ਹੋਏ ਨੇ ਜਿਵੇਂ ਕਿ ਫਰਸਟ ਟਾਪਿਕ ਹੈ ਜੀ ਇੰਡੂ ਵੈਲੀ ਸਿਵਲਿਜੇਸ਼ਨ ਸੈਕੰਡ ਰਿਗਵੇਦਿਕ ਸਿਵਲਿਜੇਸ਼ਨ ਔਰ ਲੈਟਰ ਵੈਦਿਕ ਸਿਵਲਿਜੇਸ਼ਨ ਲਾਈਫ ਆਫ ਮਹਾਵੀਰਾ ਐਂਡ ਮਹਾਤਮਾ ਬੁੱਧ ਬਹੁਤ ਡਿਟੇਲ ਚ ਅਪਲੋਡ ਹੈ ਜੀ ਸਟੈਬਲਿਸ਼ਮੈਂਟ ਸਟੈਬਲਿਸ਼ਮੈਂਟ ਐਂਡ ਐਕਸਪੈਂਸ਼ਨ ਆਫ ਦਾ ਐਮਪਾਇਰ ਅੰਡਰ ਦਾ ਚੰਦਰਗੁਪਤ ਮੌਰੀਆ ਸ਼ੋਕਾ ਸੋ ਇਹ ਵੀ ਜਿਹੜਾ ਟੌਪਿਕ ਅਪਲੋਡ ਹੈ ਔਰ ਪੋਲੀਟੀਕਲ ਐਂਡ ਐਡਮਿਨਿਸਟ੍ਰੇਸ਼ਨ ਸੋ ਇੱਥੋਂ ਤੱਕ ਕੀਤਾ ਹੋਇਆ ਜੀ ਅਸ਼ੋਕ ਧਰਮ ਜਾਂ ਅਸ਼ੋਕ ਦਮ ਜਿਹੜਾ ਕਹਿੰਦੇ ਨੇ ਉਹ ਅਸ਼ੋਕ ਦੀਆਂ ਅਚੀਵਮੈਂਟਸ ਇਸ ਤੇ ਇੱਕ ਅਲੱਗ ਜਿਹੜੀ ਵੀਡੀਓ ਬਣਾ ਲਾਂਗੇ ਜੀ ਐਸਟੈਬਲਿਸ਼ਮੈਂਟ ਆਫ ਦਾ ਗੁਪਤ ਐਮਪਾਇਰ ਸੋ ਇਹ ਵੀ ਜਿਹੜਾ ਕੀਤਾ ਹੋਇਆ ਜੀ ਚੰਦਰਗੁਪਤ ਮੌਰੀਆ ਸਮੁੰਦਰਗੁਪਤ ਔਰ ਡੀਕਲਿਨ ਆਫ ਗੁਪਤ ਐਮਪਾਇਰ ਜੀ ਸੋ ਇਹ ਵੀ ਟੌਪਿਕ ਡਿਸਕਸ ਹੈ ਜੀ ਅਪਲੋਡ ਹੈ ਦੇਖ ਸਕਦੇ ਹੋ ਤੁਸੀਂ ਨੈਕਸਟ ਹੈ ਜੀ 7th ਐਸਟੈਬਲਿਸ਼ਮੈਂਟ ਆਫ ਦਾ వర్దనా కింగ్డమ్ హర్ష్ క్యాంపేన్ అండ్ పొలిటికల్ రిలేషన్ లిటరేచర్ అండ్ ఎడ్యుకేషన్ బహత్ డిటైల్ ਦੇ ਵਿੱਚ ਜਿਹੜਾ ਹੈ ਵਰਦਨ ਦਾ ਵੀ ਅਪਲੋਡ ਚਾ ਵੀਡੀਓ एमसीक्यूज ਦੇ ਰਾਹੀਂ ਔਰ origin ఆఫ్ ਰਾਜਪੂਤ ਐਂਡ देयर ਐਡਮਿਨਿਸਟ੍ਰੇਸ਼ਨ ਸੋ ਉਹਨਾਂ ਦਾ ਪ੍ਰਸ਼ਾਸਨ ਜੀ ਇਹ ਰਹਿੰਦਾ ਟੌਪਿਕ ਔਰ ਦਾ ਸੁਲਤਾਨ ਆਫ ਦਿੱਲੀ ਅੰਡਰ ਇਲਤੂਮਿਸ਼ ਐਂਡ ਬਲਬਨ ਜੀ ਸੋ ਇਸ ਦਾ 100 एमसीक्यूज ਅਪਲੋਡ ਹੈ ਜੀ ਉਹ ਦੇਖ ਲਿਓ ਜ਼ਰੂਰ ਬਹੁਤ ਹੈਲਪਫੁਲ ਰਹੇਗਾ ਜੀ अलाउद्दीन खिलजी विक्टोरिज एडमिनिस्ट्रेशन विक्टोरिज एडमिनिस्ट्रेशन एंड रिफॉर्म्स जी, uh, जी. मोहम्मद बिन तुगलक ये सारे ਇਹਦੇ ਚ ਆ ਜਾਂਦੇ ਨੇ ਜੀ ਦਿੱਲੀ ਸਲਤਨਤ ਚ ਔਰ ਇਹ ਪੂਰਾ ਟੋਪਿਕ ਜਿਹੜਾ ਅਪਲੋਡ ਹੈ ਜੀ विजयनगर किंगडम ਸਟੈਬਲਿਸ਼ਮੈਂਟ ਐਂਡ ਐਡਮਿਨਿਸਟ੍ਰੇਸ਼ਨ ਉਸ ਤੋਂ ਬਾਅਦ ਹੈ ਜੀ ਫਾਰਮੇਸ਼ਨ ਆਫ मुगल एंपायर ਸੋ ਇਹਦਾ ਲਗਭਗ 100 225 ਕੁਐਸਚਨ ਅਪਲੋਡ ਹੈ ਜੀ ਉਹ ਦੇਖ ਸਕਦੇ ਹੋ ਸ਼ੇਰ ਸ਼ਾ ਸੂਰੀ ਐਂਡ ਹਿਸ ਐਡਮਿਨਿਸਟ੍ਰੇਸ਼ਨ ਇਹ ਟੋਪਿਕ ਰਹਿੰਦਾ ਹੈ ਅਪਲੋਡ ਕਰ ਦਿਆਂਗੇ ਜੀ मुगल ਐਡਮਿਨਿਸਟ੍ਰੇਸ਼ਨ ਐਂਡ ਡਿਕਲਾਈਨ ਆਫ मुगल एंपायर ਇਹ ਵੀ ਆਪਾਂ ਡਿਸਕਸ ਕਰ ਲਾਂਗੇ ਫਾਊਂਡੇਸ਼ਨ ਆਫ ਬ੍ਰਿਟਿਸ਼ ਐਂਪਾਇਰ ਬੈਟਲ ਆਫ ਪਲਾਸੀ ਐਂਡ ਬਕਸਰ ਇਹ ਵੀ ਟੋਪਿਕ ਅਪਲੋਡ ਹੈ ਜੀ ਇਹ ਨੈਕਸਟ ਜਿਹੜਾ 70 ਨੰਬਰ ਟੋਪਿਕ ਹੈ ਜੀ ਰਿਫਾਰਮ ਆਫ ਕਾਰਨਵਲਸ ਵਿਲੀਅਮ ਬੈਂਟਿਕ ਐਂਡ ਡਲਹੌਜੀ ਸੋ ਇਹ ਟੋਪਿਕ ਰਹਿੰਦਾ ਹੈ ਜੀ ਔਰ ਦਾ ਅਪਰਾਈジング ਆਫ 1857 ਕਾਜ਼ਸ ਨੇਚਰ ਐਂਡ ਰਿਜ਼ਲਟ ਐਂਡ ਇਟਸ ਫੇਲਿਅਰ ਨੈਕਸਟ ਟੋਪਿਕ ਹੈ ਜੀ ਸੋਸੋ ਕਲਚਰ ਮੂਵਮੈਂਟ ਬ੍ਰਹਮੋ ਸਮਾਜ ਆਰੀਆ ਸਮਾਜ ਅਲੀਗੜ ਮੂਵਮੈਂਟ ਡਾਕਟਰ ਬੀ ਆਰ ਅੰਬੇਦਕਰ ਐਫਰਟਸ ਸੋ ਇਹ ਜਿਹੜਾ ਟੋਪਿਕ ਹੈ ਇਹ ਵੀ ਰਹਿੰਦੇ ਨੇ ਸੋ ਇਹ ਵੀ ਅਪਲੋਡ ਜਿਹੜਾ ਆਪਾਂ ਬਹੁਤ ਜਲਦੀ ਕਰ ਦਾਂਗੇ ਇਹ ਪੀਐਸਟੈਟ ਦੇ ਵਿੱਚ ਥੋੜੇ ਬਰੀਫਲੀ ਅਪਲੋਡ ਨੇ ਉਹ ਤੁਸੀਂ ਦੇਖ ਸਕਦੇ ਹੋ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚੋਂ ਜਿੰਨਾ ਹੈ ਓਨਾ ਕਰਵਾਇਆ ਹੋਇਆ ਜੀ ਗ੍ਰੋਥ ਆਫ ਪੋਲੀਟੀਕਲ ਇਹ ਜਿਹੜਾ ਟੌਪਿਕ ਹੈ ਇਹ ਵੀ ਰਹਿੰਦਾ ਜੀ ਸੋ ਮੋਡਰੇਟਸ ਐਕਸਟਰੀਮੇਟਸ ਰੈਵੋਲੰਟਰੀ ਗਦਰ ਪਾਰਟੀ ਵਗੈਰਾ ਸੋ ਇਹ ਵੀ ਅਪਲੋਡ ਕਰ ਦਾਂਗੇ ਜੀ ਫਰੀडम ਸਟ੍ਰਗਲ 19190 1919 ਤੋਂ ਲੈ ਕੇ 1947 ਤੱਕ ਜਲਿਆਂਵਾਲਾ ਬਾਗ ਵਗੈਰਾ ਦੀ ਜੋ ਕਟਨੀ ਨਾਨ ਕੋਆਪਰੇਸ਼ਨ ਮੂਵਮੈਂਟ ਵਗੈਰਾ ਔਰ ਇਹ ਸਾਰਾ ਜਿਹੜਾ ਟੋਪਿਕ ਹੈ ਪੀਐਸ ਟੈਟ ਵਾਲੀਆ ਵੀਡੀਓ ਚ ਤੁਹਾਨੂੰ ਮਿਲ ਜੂਗਾ ਪੀਐਸ ਟੈਟ ਦੇ ਜਿੰਨੇ ਵੀ ਪ੍ਰੈਕਟਿਸ ਸੈਟ ਅਪਲੋਡ ਨੇ ਉਹ ਪ੍ਰੈਕਟਿਸ ਸੈਟ ਜੇ ਤੁਸੀਂ ਕਰ ਲੋ ਤਾਂ ਤੁਹਾਡੀ 80% ਜਿਹੜੀ ਤਿਆਰੀ ਹੈ ਉਹ ਹੋ ਜੇਗੀ ਜੀ ਸੋ ਲਿੰਕ ਉਹਨਾਂ ਦਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚ ਮਿਲ ਜੂਗਾ ਪੀਐਸ ਟੈਟ ਹਿਸਟਰੀ ਦੇ ਨੋਟਸ ਬਿਲਕੁਲ ਅਲੱਗ ਇੱਕ ਪਲੇਲਿਸਟ ਚ ਨੇ ਜੀ ਮੇਕਿੰਗ ਆਫ ਕਨਸਟੀਟਿਊਸ਼ਨ ਇੰਟੀਗ੍ਰੇਸ਼ਨ ਆਫ ਪ੍ਰਿੰਸਲੀ ਸਟੇਟ ਸੋ ਇਹ ਟਾਪਿਕ ਰਹਿੰਦਾ ਜੀ ਇਹ ਅਪਲੋਡ ਜਿਹੜਾ ਕਰ ਦਿੱਤਾ ਜਾਊਗਾ ਜੀ ਹਿਸਟਰੀ ਆਫ ਵਰਲਡ ਦੇ ਵਿੱਚੋਂ ਆਪਾਂ ਕਰ ਚੁੱਕੇ ਆ ਜੀ ਬਹੁਤ ਡਿਟੇਲ ਦੇ ਵਿੱਚ ਰੀਨੇਸੈਂਸ ਐਂਡ ਰਿਫਾਰਮੇਸ਼ਨ ਜੀ ਉਸ ਤੋਂ ਬਾਅਦ ਫ੍ਰੈਂਚ ਰੈਵਿਊਲੂਸ਼ਨ ਸਿਰਫ ਰਹਿੰਦੀ ਹੈ ਜੀ ਔਰ ਇੰਡਸਟਰੀਅਲ ਰੈਵੋਲੂਸ਼ਨ ਜੀ ਫਰਸਟ ਐਂਡ ਸੈਕੰਡ ਵਰਲਡ ਵਾਰ ਵੀ ਆਪਾਂ ਬਹੁਤ ਇੰਪੋਰਟੈਂਟ ਜਿਹੜੇ 50 ਐਮਸੀਕਿਊਸ ਡਿਸਕਸ ਕੀਤੇ ਸੀ ਉਸ ਦੇ ਵਿੱਚ ਫਰਸਟ ਐਂਡ ਸੈਕੰਡ ਵਰਲਡ ਵਾਲੇ ਕੁਐਸਚਨ ਨੇ ਸੋ ਦੋ ਟਾਪਿਕ ਇਹਦੇ ਵਿੱਚੋਂ ਵੀ ਹੋਏ ਹੋਏ ਨੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਦੁਬਾਰਾ ਰਿਵਾਈਜ਼ ਜਿਹੜੇ ਨੇ ਉਹ ਕਰ ਦਿੱਤੇ ਜਾਣਗੇ ਜੀ ਉਸ ਦੇ ਲਈ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰੋ ਕਿਉਂਕਿ ਮਜ਼ਾ ਤਾਂ ਹੀ ਆਉਂਦਾ ਜੇ ਕੁਝ ਸਟੂਡੈਂਟ ਜਿਹੜੇ ਕਲਾਸ ਅਟੈਂਡ ਕਰਨ ਤਾਂ ਜੀ ਜੇਕਰ ਕਾਫੀ ਮਿਹਨਤ ਕਰਨ ਤੋਂ ਬਾਅਦ ਸਟੂਡੈਂਟ ਹੀ ਤੁਹਾਡੇ ਨਾਲ ਨਹੀਂ ਜੁੜਦੇ ਤਾਂ ਪੜ੍ਹਾਉਣ ਦਾ ਜਿਹੜਾ ਮਜ਼ਾ ਉਹ ਨਹੀਂ ਆਉਂਦਾ ਲਗਭਗ ਜਿਹੜਾ ਹੈ ਕੋਈ 1000 2000 ਸਟੂਡੈਂਟ ਜੁੜਿਆ ਹੋਏ ਤਾਂ ਹੀ ਜਿਹੜਾ ਪੜਾਉਣ ਦਾ ਮਜ਼ਾ ਆਉਂਦਾ ਜੀ ਅੱਗੇ ਗੱਲ ਕਰਾਂਗੇ ਇੰਪੋਰਟੈਂਟ ਬੁੱਕਸ ਦੀ ਸਭ ਤੋਂ ਪਹਿਲਾਂ ਤਾਂ ਬੇਸ ਬਣਾਉਣ ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿੰਨੀਆਂ ਵੀ ਬੁੱਕਸ ਨੇ ਜੀ 6 ਤੋਂ ਲੈ ਕੇ ਐਸਐਸਟੀ ਦੀਆਂ ਉਹਦੇ ਵਿੱਚ ਜਿਹੜਾ ਹਿਸਟਰੀ ਦਾ ਪਾਰਟ ਹੈ ਜੀ ਹਿਸਟਰੀ ਦਾ ਪਾਰਟ ਕਰਨਾ ਹੈ ਸਿਰਫ ਸੋ ਵੈਸ ਤਾਂ ਸਿਆਣੇ ਹੋ ਜੀ ਸਾਰੇ ਹੀ ਮਤਲਬ ਕਿ ਕਹਿਣ ਦੀ ਜ਼ਰੂਰਤ ਨਹੀਂ ਪਰ ਫਿਰ ਵੀ ਆਪਣੇ ਜਿਹੜੇ ਟੌਪਿਕ ਨੇ ਉਹ ਜ਼ਰੂਰ ਧਿਆਨ ਨਾਲ ਦੇਖ ਲਿਆ ਕਰੋ ਕੀਤੇ ਹੋਏ ਨੇ ਟੌਪਿਕ ਹਿਸਟਰੀ ਆਫ ਇੰਡੀਆ ਦੇ ਹਿਸਟਰੀ ਆਫ ਪੰਜਾਬ ਦੇ ਮਾਸਟਰ ਕਾਰਡਰ ਚ ਕੀਤੇ ਹੋਏ ਨੇ ਸਾਰੇ ਤੁਹਾਡੇ ਸਿਲੇਬਸ ਚ ਨੇ ਜਿੰਨੇ ਵੀ ਮਾਸਟਰ ਕਾਰਡਰ ਪੀ ਐਸ ਸਟ੍ਰੈਟਜਿਸ ਟਾਪਿਕ ਨੇ ਜੀ ਸੋ ਉਸ ਦੇ ਲਈ ਬੇਸ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਤੁਸੀਂ ਚਾਹੇ ਕਿਸੇ ਤੋਂ ਲੈ ਸਕਦੇ ਹੋ ਪਰਚੇਸ ਨਹੀਂ ਕਰ ਸਕਦੇ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਸਾਈਟ ਹੈ ਜੀ ਪੀ ਐਸ ਈ ਬੀ ਉੱਥੋਂ ਜਾ ਕੇ ਜਿਹੜਾ ਹੈ ਡਾਊਨਲੋਡ ਕਰਕੇ ਤੁਸੀਂ ਇੱਕ ਵਾਰੀ ਉਹ ਜ਼ਰੂਰ ਪੜ੍ਹ ਲਓ ਉਸ ਨਾਲ ਬੇਸ ਬਣ ਜਾਏਗਾ ਨਹੀਂ ਪੜ੍ਹ ਸਕਦੇ ਪੀਐਸਟੈਟ ਦੇਆਂ 80 ਵੀਡੀਓ ਨੇ ਜੀ ਪ੍ਰੈਕਟਿਸ ਸੈਟ ਸਮੇਤ ਟੌਪਿਕ ਵਾਈਜ਼ ਸੋ ਸਾਰੇ ਟੌਪਿਕ ਤੁਹਾਡੇ ਸਿਲੇਬਸ ਚ ਨੇ ਆ 20 ਵੀ 30 ਵੀ 30 ਮਿੰਟ ਦੀ ਕੋਈ ਨਹੀਂ ਹੈਗੀ ਜੀ 15 ਤੋਂ 20 ਮਿੰਟ ਤੱਕ ਦੀਆਂ ਵੀਡੀਓ ਨੇ ਉਹ ਦੇਖ ਲਓ ਉਹ ਤੁਹਾਡਾ ਬੇਸ ਬਣਾ ਦਣਗੇ ਇੱਕ ਵਾਰੀ ਜੀ ਉਸ ਤੋਂ ਬਾਅਦ ਡਿਟੇਲ ਦੇ ਵਿੱਚ ਤੁਸੀਂ ਪ੍ਰਾਣੀਆਂ ਬੁੱਕਸ ਜੇਕਰ ਤੁਹਾਨੂੰ ਕਿਤੋਂ ਮਿਲ ਜਾਣ ਡਾਕਟਰ ਏਸੀ ਰੋੜਾ ਜੀ ਦੀਆਂ ਜੀ ਸਾਰੇ ਜਿੰਨੇ ਆਪਾਂ ਟੌਪਿਕ ਦੇਖੇ ਨੇ ਜੀ ਪ੍ਰਦੀਪ ਪਬਲਿਕੇਸ਼ਨ ਜਲੰਧਰ ਦੀਆਂ ਬੁੱਕਸ ਨੇ ਜੀ ਏਸੀ ਅਰੋੜਾ ਦੀਆਂ ਸਾਰਿਆਂ ਨੇ ਆਪਾਂ ਬੀਏ ਦੇ ਵਿੱਚ ਪੜੀਆਂ ਹੋਣਗੀਆਂ ਇਹ ਤੁਹਾਡੇ ਸਾਰੇ ਟੌਪਿਕ ਜਿਹੜੇ ਕਵਰ ਕਰਨੀਆਂ ਤਿੰਨ ਬੁੱਕਸ ਚਾਰ ਅਲੱਗ-ਅਲੱਗ ਲੈਣੀਆਂ ਪੈਣਗੀਆਂ ਜੀ ਔਰ ਹਿਸਟਰੀ ਆਫ ਵਰਲਡ ਜੇਕਰ ਤੁਸੀਂ ਨਹੀਂ ਵੀ ਲੈਂਦੇ ਤਾਂ ਮੈਂ ਉਹ ਡਿਟੇਲ ਦੇ ਵਿੱਚ ਤੁਹਾਨੂੰ ਕਰਵਾ ਦੇਣੀ ਹੈ ਚਾਰ ਟੌਪਿਕ ਨੇ ਬਹੁਤ ਵਧੀਆ ਡਿਟੇਲ ਚ ਕਰਾਉਂਗਾ ਉਸ ਤੋਂ ਬਾਅਦ ਐਮਸੀਕਿਊਜ਼ ਵੀ ਉਹਦੇ ਕਰਾਉਂਗਾ ਜੀ ਹਿਸਟਰੀ ਆਫ ਵਰਲਡ ਦੀ ਚਿੰਤਾ ਛੱਡ ਦਿਓ ਜੀ ਉਹ ਸਾਰੀ ਮੈਂ ਕਰਾ ਦੂੰਗਾ ਤੁਸੀਂ ਬੁੱਕਸ ਲੈ ਸਕਦੇ ਹੋ ਕਿਉਂਕਿ ਕਾਫੀ ਸਿਲੇਬਸ ਹੈ ਔਰ ਕਰਵਾਉਣਾ ਜਿਹੜਾ ਇੰਨਾ ਆਸਾਨ ਨਹੀਂ ਕੋਸ਼ਿਸ਼ ਕਰ ਸਕਦਾ ਜੀ ਮੈਂ ਪਰ ਜੇਕਰ ਤੁਸੀਂ ਮਾਸਟਰ ਕਾਟਰ ਵਾਲੀਆਂ ਵੀਡੀਓ ਦੇਖ ਲਓ ਉਹਦੇ 'ਚ ਕਾਫੀ ਕਵਰ ਹੁੰਦਾ ਜੀ ਸਿਲੇਬਸ ਉਹਦੇ ਲਈ ਤੁਸੀਂ ਏਸ਼ੀਅਨਟ ਇੰਡੀਆ ਦੀ ਜਿਹੜੀ ਹਿਸਟਰੀ ਹੈ ਉਹਦੇ 'ਚ ਦੇਖ ਲਓ ਸਾਰਾ ਕੰਟੈਂਟ ਹੈ ਜੀ ਜਿੰਨਾ ਆਪਾਂ ਸਿਲੇਬਸ 'ਚ ਡਿਸਕਸ ਕੀਤਾ ਸੋ ਸਾਰੇ ਨੂੰ ਡਿਟੇਲ ਦੇ ਵਿੱਚ ਕਵਰ ਕਰੇਗੀ ਏਸੀ ਰੋਡਾ ਜੀ ਦੀ ਬਹੁਤ ਪੁਰਾਣੀਆਂ ਬੁੱਕਸ ਨੇ ਜੀ ਨਵੀਆਂ ਲਾਓਗੇ ਸਮੈਸਟਰ ਵਾਈਜ਼ ਮਹਿੰਗੀਆਂ ਪੈਣਗੀਆਂ ਉਸ ਤੋਂ ਬਾਅਦ ਇਹਨਾਂ ਦੀ ਸੈਕੰਡ ਬੁੱਕ ਹੈ ਧੁਨਿਕ ਭਾਰਤ ਦਾ ਇਤਿਹਾਸ ਜੀ ਇਸ ਦੇ ਵਿੱਚ ਜਿੰਨੇ ਆਪਣੇ ਕੰਟੈਂਟ ਨੇ ਸਾਰੇ ਅ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਆ ਗਏ ਜੋ ਜੋ ਵੀ ਆਪਾਂ ਸਿਲੇਬਸ ਕਰਨ ਵੇਲੇ ਵਿਲੀਅਮ ਬੈਂਟਿੰਗ ਤੇ ਡਲਹੌਜੀ ਦੇ ਸੁਧਾਰ ਤਾਂ ਹੀ ਮੈਂ ਸਿਲੇਬਸ ਡਿਸਕਸ ਕੀਤਾ ਜੀ 1857 ਈਸਵੀ ਦਾ ਮਹਾਨ ਉਧਰੋ ਸੋ ਸਾਰਾ ਕੁਝ ਜਿਹੜਾ ਇਸ ਦੇ ਵਿੱਚ ਆ ਜਾਊਗਾ ਜੀ ਮਾਡਰਨ ਹਿਸਟਰੀ ਵਾਲਾ ਔਰ ਮੱਧਕਾਲੀਨ ਭਾਰਤ ਦਾ ਇਤਿਹਾਸ ਇਸ ਤੀਸਰੀ ਬੁੱਕ ਹੈ ਜੀ ਇਹਨਾਂ ਦੀ ਇਸ ਦੇ ਵਿੱਚ ਆਪਣਾ ਦਿੱਲੀ ਸਲਤਨਤ ਵਗੈਰਾ ਜਿੰਨੇ ਵੀ ਟੌਪਿਕ ਨੇ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਵਿਜੇ ਰਾਜ ਵਿਜੇਨਗਰ ਰਾਜ ਐਮਪਾਇਰ ਔਰ ਜੋ ਵੀ ਮਤਲਬ ਆਪਣੇ ਟੌਪਿਕ ਨੇ ਜੀ ਸਾਰੇ ਤੁਸੀਂ ਦੇਖ ਸਕਦੇ ਹੋ ਸ਼ਿਵਾਜੀ ਦਾ ਆ ਗਿਆ ਜੀ ਸਾਰਾ ਮਰਾਠਾ ਸਰਾਜ ਦੀ ਸਾਬ ਨਾਲ ਉਹਦਾ ਰਾਜਤਨ ਜੋ ਵੀ ਹੈਗਾ ਸੀ ਜੀ ਮੁਗਲ ਸ਼ਾਸਨ ਪ੍ਰਬੰਧ ਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਦੇ ਵਿੱਚ ਡਿਟੇਲ ਚ ਮਿਲ ਜਾਣਗੇ ਹਿਸਟਰੀ ਆਫ ਪੰਜਾਬ ਦਸਵੀਂ ਦੀ ਬੁੱਕ ਲੈ ਲਿਓ ਜੀ ਬਹੁਤ ਵਧੀਆ ਬੁੱਕ ਹੈ ਕਿ ਤੋਂ ਵੀ ਪੀਡੀਐਫ ਡਾਊਨਲੋਡ ਕਰ ਲਿਓ ਉਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੀ ਬਰੀਫਲੀ ਜਿੰਨੀ ਕੋ ਆਪਾਂ ਨੂੰ ਚਾਹੀਦੀ ਹੈ ਕਿਉਂਕਿ 10 ਗੁਰੂਆਂ ਦਾ ਇਕੱਠਾ ਹੀ ਪੁੱਛਿਆ ਤਾਂ ਬਰੀਫਲੀ ਉਹਦੇ ਵਿੱਚ ਬਹੁਤ ਵਧੀਆ ਦਿੱਤਾ ਹੋਇਆ ਜੀ ਔਰ ਜੇਕਰ ਡਿਟੇਲ ਚ ਪੜ੍ਹਨਾ ਹੈ ਫਿਰ ਉਸ ਨੂੰ ਤਾਂ ਉਹ ਹਿਸਟਰੀ ਆਫ ਪੰਜਾਬ ਦੀ ਏਸੀ ਰੋੜਾ ਜੀ ਦੀ ਬੁੱਕ ਹੈ ਜੀ ਭੰਗੋਲਕ ਵਿਸ਼ੇਸ਼ਤਾਵਾਂ ਤੇ ਉਹਦੇ ਪ੍ਰਭਾਵ ਜੀ ਸਾਰਾ ਇਸ ਦੇ ਵਿੱਚ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਪਾਸ ਕਰਕੇ ਵੀਡੀਓ ਸਾਰਾ ਸਿਲੇਬਸ ਡਿਟੇਲ ਦੇ ਵਿੱਚ ਮਿਲੂਗਾ ਬੰਦਾ ਬਹਾਦਰ ਵਗੈਰਾ ਦਾ ਜੋ ਆਪਾਂ ਡਿਸਕਸ ਕੀਤਾ ਜੀ ਸੋ ਇਹ ਬੁੱਕਸ ਨੇ ਜੀ ਡਿਟੇਲ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਅੱਛੀ ਤਿਆਰੀ ਕਰਨ ਦੇ ਲਈ ਵਿਸ਼ਵ ਇਤਿਹਾਸ ਹੈ ਜੀ ਸੋ ਇਹ ਬੁੱਕ ਜਿਹੜੀ ਹੈ ਇਸ ਤੇ ਵਿੱਚ ਤੁਹਾਨੂੰ ਜਿਹੜੇ ਆਪਣੇ ਚਾਰ ਟਾਪਿਕ ਨੇ ਜਿਵੇਂ ਫਰਾਂਸ ਦੀ ਕ੍ਰਾਂਤੀ ਹੋ ਗਈ ਜੀ ਉਸ ਤੋਂ ਬਾਅਦ ਆਪਣਾ ਹੋ ਗਿਆ ਜੀ ਪਹਿਲਾ ਵਿਸ਼ਵ ਯੁੱਧ ਉਦਯੋਗਿਕ ਕ੍ਰਾਂਤੀ ਇੰਡਸਟਰੀਅਲ ਰੈਵੋਲੂਸ਼ਨ ਔਰ ਇੱਕ ਹੋਰ ਸੀ ਆਪਣਾ ਜੀ ਰੀਨੇਸੈਂਸ ਰਿਫਾਰਮੇਸ਼ਨ ਸਾਰਾ ਇਹਦੇ ਚ ਆ ਜਾਊਗਾ ਫਰਸਟ ਲੈਸਨ ਹੈ ਜੀ ਸੋ ਸਾਰੇ ਇਸ ਦੇ ਵਿੱਚੋਂ ਸਾਨੂੰ ਜਿਹੜੇ ਟੌਪਿਕ ਨੇ ਸਾਡੇ ਉਹ ਮਿਲ ਜਾਣਗੇ ਜੀ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਇਹ ਚੀਜ਼ਾਂ ਜੀ ਬਹੁਤ ਡਿਟੇਲ ਚ ਮਿਲਣਗੀਆਂ ਔਰ ਕੋਸ਼ਿਸ਼ ਉਸ ਤੋਂ ਬਾਅਦ ਇੱਕ ਚੀਜ਼ ਹੋਰ ਹੈ ਹਿੰਦੀ ਜੇਕਰ ਤੁਹਾਡੀ ਵਧੀਆ ਹੈ ਤਾਂ ਉਹਦੇ ਲਈ ਲਿਊਸੈਂਟ ਦੀ ਹੈ ਜੀ ਸਮਾਨਿਆ ਗਿਆਨ ਜਿਹਦੇ ਵਿੱਚ ਇੱਕ ਤਾਂ ਐਮਸੀਕਿਊਜ਼ ਵਾਲੀ ਹੈ ਜੀ ਦੂਸਰੀ ਇਹਦੇ ਵਿੱਚ ਸਾਰੇ ਜਿਹੜੇ ਆਪਣੇ ਜਿੰਨੇ ਟੌਪਿਕ ਨੇ ਵੀਡੀਓ ਪੋਸਟ ਕਰਕੇ ਦੇਖ ਲਓ ਸਾਰੇ ਟੌਪਿਕ ਇਹ ਵੀਡੀਓ ਜਿਹੜੀ ਹੈ ਸੌਰੀ ਬੁੱਕ ਹੈ ਕਵਰ ਕਰਦੀ ਹੈ ਜੀ ਇੱਕ ਇਹਨਾਂ ਦੀ ਐਮਸੀਕਿਊਜ਼ ਦੇ ਵਿੱਚ ਹੈ ਇੱਕ ਜਿਹੜੀ ਹੈ ਸਮਾਨਿਆ ਗਿਆਨ ਇਦਾਂ ਹੈ ਉਹਦੇ ਚ ਬਰੀਫਲੀ ਦਿੱਤਾ ਹੋਇਆ ਜੀ ਇਹ ਚੀਜ਼ ਜਿਵੇਂ ਸਿੰਧੂ ਘਾਟੀ ਸਭਿਤਾ ਸੋ ਇੱਕ ਇੱਕ ਸਿੰਗਲ ਲਾਈਨ ਬੋਸ ਹੋਣਾ ਦਿੱਤਾ ਹੋਇਆ ਕਿ ਜਿਵੇਂ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਕਿ ਸੀ 14 ਜਿਵੇਂ ਨਵੀਨ ਵਿਸ਼ੇਸ਼ਣ ਪੱਤੀ ਕੇ ਦੁਆਰਾ ਸਿੰਧੂ ਘਾਟੀ ਸਭਿਤਾ ਕੀ ਸਰਵਪਤੰਤ ਤਿੱਥੀ ਜਿਹੜੀ ਹੈ ਸਰਵਮਾਨਿਆ ਤਿੱਥੀ ਹੈ ਉਹ 2400 ਇ ਹਿਸਾ ਪੂਰਵ ਤੋਂ ਲੈ ਕੇ 1700 ਇ ਹਿਸਾ ਪੂਰਵ ਮੰਨੀ ਗਈ ਹੈ ਸਿੰਧੂ ਸਭਿਤਾ ਕੀ ਖੋਦ ਰਾਏ ਬਹਾਦਰ ਸਾਨੀ ਜੀ ਨੇ ਕੀ ਸੋ ਇਹ ਬਹੁਤ ਮਤਲਬ ਕਿ ਬਰੀਫਲੀ ਪੜਨ ਵਾਸਤੇ ਇਹ ਪੂਰਾ ਇਸ ਤਰ੍ਹਾਂ ਦਿੱਤਾ ਹੋਊਗਾ ਇੱਕ ਇੱਕ ਟੌਪਿਕ ਔਰ ਦੂਸਰੀ ਜਿਹੜੀ ਆਪਾਂ ਐਮਸੀਕਿਊਜ਼ ਵਾਲੀ ਕੀਤੀ ਹੈ ਦੋਨੋਂ ਅਲੱਗ-ਅਲੱਗ ਬੁੱਕ ਨੇ ਜੀ ਜੇ ਇਹ ਵੀ ਤੁਸੀਂ ਪਰਚੇਸ ਕਰਨੀ ਚਾਹੋ ਤਾਂ ਇਹ ਵੀ ਵਧੀਆ ਬੁੱਕਸ ਨੇ ਪ੍ਰੈਪਰੇਸ਼ਨ ਵਾਸਤੇ ਪਹਿਲਾਂ ਉਹ ਪੜ ਕੇ ਉਸ ਤੋਂ ਬਾਅਦ ਜਿਹੜੇ ਐਮਸੀਕਿਊਜ਼ ਨੇ ਉਹ ਤੁਸੀਂ ਕਰ ਸਕਦੇ ਹੋ ਜੀ ਚੈਨਲ ਵੱਲੋਂ ਫੁੱਲ ਸਪੋਰਟ ਫੁੱਲ ਹੈਲਪ ਜਿਹੜੀ ਹੈ ਮਿਲਦੀ ਰਹੂਗੀ 1 ਸਤੰਬਰ ਤੋਂ ਯਾਦ ਰੱਖਣਾ ਕਲਾਸਿਸ ਡੇਲੀ ਰਾਤ 9 ਵਜੇ ਜਿਹੜੀਆਂ ਨੇ ਉਹ ਸਟਾਰਟ ਹੋ ਜਾਣਗੀਆਂ ਜਿਸ ਦੇ ਵਿੱਚ ਐਮਸੀਕਿਊਜ਼ ਟੌਪਿਕ ਵਾਈਜ਼ ਸਾਨੂੰ मिल ਜਾਣਗੇ ਉਸਦੇ ਲਈ ਪਲੀਜ਼ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਕਿ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਕਰਨਾ ਆਪਦੇ ਫਰੈਂਡਸ ਦੇ ਵਿੱਚ ਫਰੈਂਡ ਸਰਕਲ ਦੇ ਵਿੱਚ ਤਾਂ ਕਿ ਆਪਾਂ ਜਿਹੜੀ ਰਲ ਮਿਲ ਕੇ ਅੱਛੇ ਤਰੀਕੇ ਨਾਲ ਪ੍ਰੈਪਰੇਸ਼ਨ ਉਹ ਕਰ ਸਕੀਏ ਜੀ ਸੋ थैंक यू थैंक यू फॉर वाचिंग द ਵੀਡੀਓ